ਕਰਤਾ ਤੂੰ ਮੇਰਾ ਜਜਮਾਨ, ਤੂੰ ਮੇਰਾ ਜਜਮਾਨ, ਇੱਕ ਦੱਖਣਾ ਇੱਕ ਦੱਖਣਾ
अवर जे चाहो संग न चाले अवर कछु मेरे संग न चाले मिले कृपा गुण बहुत चतुराई
ਮਗਰ ਬਹੁਤ ਚਤਨਾਈ ਕੀਤਾ ਕਰਤਿਆਂ ਬਿਰਧਾ ਗਿਆ ਇੱਕ ਤਿਲ ਖਾਏ ਨ ਪਾਈ ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕਹਿ ਜਾ ਧਰਮ ਰਾਏ ਕਹਿ ਜਾਈ ਧਰਮ ਰਾਏ ਕਹਿ ਜਾਈ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਦੇ ਸਭ ਧਰਮ ਰਾਏ ਕੀ ਜਾਏ। ਕਈ ਵਾਰਾਂ ਮਨੁੱਖ ਭਲੇ ਕਰਮ ਕਰਦਿਆਂ ਹੋਇਆਂ ਵੀ ਮਨ ਵਿੱਚ ਅਹੰਕਾਰ ਕਰ ਲੈਂਦਾ, ਮੈਂ ਕਰ ਰਿਹਾ, ਜੇ ਦਾਨ ਦਿੱਤਾ ਤਾਂ ਮੈਂ ਦਿੱਤਾ। ਕਈ ਵਾਰਾਂ ਮਨੁੱਖ ਦਾਨ ਕਰ ਰਿਹਾ ਹੁੰਦਾ, ਕਿਸੇ ਲੋੜਵੰਦ ਦੀ ਲੋੜ ਪੂਰੀ ਕਰ ਰਿਹਾ ਹੁੰਦਾ, ਉਸ ਅਕਾਲ ਪੁਰਖ ਵਾਹਿਗੁਰੂ ਦਾ ਸੇਵਕ ਬਣ ਕੇ ਨਹੀਂ ਦਾਤਾ ਬਣ ਕੇ ਕਰ ਰਿਹਾ ਹੁੰਦਾ। ਤੇ ਹਜ਼ੂਰ ਕਹਿੰਦੇ ਹਨ, ਜੇ ਕੋ ਹੋਏ ਬਹੇ ਦਾਤਾਰ ਤਿਸ ਦੇਣ ਹਾਰ ਜਾਣੇ ਗਾਵਾਰ। ਜੇ ਵਾਹਿਗੁਰੂ ਨੇ ਤੈਨੂੰ ਸਮਰੱਥਾ ਬਖਸ਼ੀ ਹੈ ਕੁਝ ਚੰਗੇ ਪਾਸੇ ਲਾਉਣ ਦੀ, ਤਾਂ ਫਿਰ ਅਹੰਕਾਰ ਨਾ ਕਰੀ। ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਕਿਹਾ ਕਰਦੇ ਸਨ, ਭਾਈ ਕਈ ਵਾਰਾਂ ਮਨੁੱਖ ਅਗਿਆਨਤਾ ਮੂਰਖਤਾ ਦੀ ਬੇੜੀ ਤਾਂ ਪੈਰਾਂ ਵਿੱਚੋਂ ਲੋਹੇ ਦੀ ਬੇੜੀ ਲਾਹ ਦਿੰਦਾ ਤੇ ਚੰਗੇ ਕਰਮ ਕਰਦਾ। ਪੁੰਨ ਦਾਨ ਕਰਕੇ ਚੰਗੇ ਕਰਮ ਕਰਕੇ ਜੇ ਮਨ ਵਿੱਚ ਅਹੰਕਾਰ ਕਰ ਰਿਹਾ ਤਾਂ ਹੁਣ ਇਸਨੇ ਸੋਨੇ ਦੀ ਬੇੜੀ ਪਾ ਲਈ ਹੈ ਪੈਰ ਵਿੱਚ, ਰਿਹਾ ਤਾਂ ਕੈਦੀ ਦਾ ਕੈਦੀ ਨਾ। ਇਸ ਲਈ ਜੇ ਵਾਹਿਗੁਰੂ ਨੇ ਭਾਈ ਤੈਨੂੰ ਸਮਰੱਥਾ ਬਖਸ਼ੀ ਹੈ ਸੇਵਾ ਕਰਨ ਦੀ, ਤਾਂ ਫਿਰ ਮਨ ਵਿੱਚ ਅਹੰਕਾਰ ਨਾ ਕਰ। ਬੀਜ ਕਿਤਨਾ ਵੀ ਚੰਗਾ ਹੋਵੇ ਤੇ ਜੇ ਧਰਤੀ ਚੰਗੀ ਨਾ ਹੋਵੇ ਤਾਂ ਬੀਜ ਹੀ ਜ਼ਾਇਆ ਚਲਾ ਜਾਂਦਾ।
ਇਸ ਲਈ ਹਜ਼ੂਰ ਕਹਿੰਦੇ ਨੇ ਤੇਰੀ ਨੀਅਤ ਵੀ ਰਾਸ ਹੋਵੇ ਚੰਗੀ ਹੋਵੇ, ਤੇਰਾ ਮਨ ਵੀ ਗੁਰੂ ਦੇ ਚਰਨਾਂ ਵਿੱਚ ਨਿਮਰਤਾ ਦੇ ਨਾਲ ਜੁੜਿਆ ਹੋਵੇ, ਤੇ ਫਿਰ ਤੇਰਾ ਜਪਿਆ ਹੋਇਆ ਨਾਮ ਫਲੀਭੂਤ ਹੋਵੇਗਾ। ਐਸਾ ਨਾ ਹੋਵੇ ਦੇ ਦੇ ਮੰਗੈ ਸਹਿ ਸਹਿ ਗੁਣ, ਅਸੀਂ ਕਿਉਂ ਗੁਰੂ ਨਾਲੋਂ ਵਿਛੜ ਜਾਂਦੇ ਹਾਂ, ਭਟਕ ਜਾਂਦੇ ਹਾਂ ਆਪਣੇ ਅਸਲ ਰਾਹ ਤੋਂ, ਕਿਉਂਕਿ ਅਸੀਂ ਦੇਣੇ ਤਾਂ ਥੋੜੇ ਜਿਹੇ ਪੈਸੇ ਹੁੰਦੇ ਨੇ ਗੁਰੂ ਅੱਗੇ ਰੱਖ ਕੇ, ਤੇ ਫਿਰ ਕਿੱਡੀਆਂ ਲੰਬੀਆਂ ਅਰਦਾਸਾਂ ਕਰਦੇ ਹਾਂ ਕਿ ਹੇ ਵਾਹਿਗੁਰੂ ਮੇਰਾ ਆਹ ਕਾਰਜ ਵੀ ਸਵਾਰ, ਆਹ ਵੀ ਸਵਾਰ, ਉਹ ਵੀ ਮੇਰਾ ਕੰਮ ਕਰ, ਤੇ ਜਦੋਂ ਕੋਈ ਵੀ ਨਹੀਂ ਹੁੰਦਾ ਕੰਮ ਤਾਂ ਫਿਰ ਅਸੀਂ ਗੁਰੂ ਵੱਲੋਂ ਬੇਮੁਖ ਹੋ ਜਾਂਦੇ ਹਾਂ। ਹਜ਼ੂਰ ਬਾਣੀ ਵਿੱਚ ਵੀ ਦੱਸ ਰਹੇ ਹਨ ਭਾਈ, ਕਿਸੇ ਨੂੰ ਪੈਸੇ ਦੇਈਏ ਬੜੀ ਗੱਲ ਹੈ, ਤੂੰ ਉਸ ਕੋਲੋਂ ਵਿਹਾਜ ਲੈ ਲੈ, ਤੇ ਜੇ ਤੂੰ 1% ਦੇ ਕੇ 100 ਗੁਣਾ ਗੁਰੂ ਕੋਲੋਂ ਮੰਗ ਰਿਹਾ ਤੇ ਨਹੀਂ ਮਿਲਿਆ ਤੇ ਤੂੰ ਬੇਮੁਖ ਹੋ ਜਾਣਾ। ਦੇ ਮੰਗੈ ਸਹਿ ਸਹਿ ਗੁਣਾ, ਸੋਭ ਕਰੇ ਸੰਸਾਰ, ਤੇ ਜੇ ਤੂੰ ਦੇਂਦਾ ਵੀ ਹੈ ਉਹਦੇ ਨਾਂ ਤੇ ਤਾਂ ਚਾਹੁੰਦੇ ਕਿ ਸਾਰੀ ਸੰਗਤ ਸਾਰਾ ਸੰਸਾਰ ਮੇਰੀ ਸ਼ੋਭਾ ਕਰੇ, ਭਾਈ ਆਹ ਵੇਖੋ ਜੀ ਕਿਤਨਾ ਦਾਨ ਕੀਤਾ। ਹਜ਼ੂਰ ਕਹਿੰਦੇ ਹਨ ਧਰਮ ਰਾਜ ਦੇ ਜਾਣਾ ਪਏਗਾ, ਪੇਸ਼ ਹੋਣਾ ਪਏਗਾ, ਤੇ ਜੇ ਜਨਮ ਮਰਨ ਤੋਂ ਰਹਿਤ ਹੋਣਾ ਚਾਹੁੰਦੇ ਤਾਂ ਆਪਣਾ ਤਨ ਮਨ ਧਨ ਗੁਰੂ ਦੇ ਅਰਪਣ ਕਰ ਦੇ, ਗੁਰੂ ਦਾ ਸਮਝ ਕੇ ਵਰਤ। ਤੇ ਫਿਰ ਕੀਤਾ ਹੋਇਆ ਸਿਮਰਨ, ਕੀਤੀ ਹੋਈ ਸੇਵਾ, ਤੇਰਾ ਜਨਮ ਮਰਨ ਘਟ ਦੇਵੇਗੀ, ਕਿਉਂਕਿ ਇਹ ਮਨਮੁਖੀ ਰੀਤਾਂ ਹਨ। ਦੇ ਕੇ ਮਨ ਵਿੱਚ ਅਹੰਕਾਰ ਕਰਨਾ ਮਨਮੁਖ ਚੰਚਲ ਮਤ ਹੈ, ਅੰਤਰ ਬਹੁਤ ਚਤੁਰਾਈ, ਕੀਤਾ ਕਰਦਿਆਂ ਬਿਰਥਾ ਗਿਆ ਇੱਕ ਤਿਲ ਥਾਂ ਨਾ ਪਾਈ, ਹਜ਼ੂਰ ਬਖਸ਼ਿਸ਼ ਕਰ ਰਹੇ ਹਨ। ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕੇ ਜਾਈ, ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕੇ ਜਾਈ, ਧਰਮ ਰਾਏ ਕੇ ਜਾਈ। ਬਿਨ ਸਤਿਗੁਰ ਜਮ ਕਾਲ ਨਾ ਛੋੜੀ, ਬਿਨ ਸਤਿਗੁਰ ਜਮ ਕਾਲ ਨਾ ਛੋੜੀ, ਦੂਜੇ ਭਾਏ ਖੁਆਈ, ਜੋ ਬੰਨ ਜਾਂਦਾ ਨਜ਼ਰ ਨਾ ਆਵਈ, ਮਰ ਜਾਈ ਵਿੱਚ ਹਉਮੈ ਕਰਮ ਕਮਾਉਂਦੇ, ਜੋ ਵੇਸਵਾ ਪੂਤ ਨਾ ਨਾ। ਬਿਨਾਂ ਸਤਿਗੁਰ ਦੇ ਹਜ਼ੂਰ ਕਹਿੰਦੇ ਹਨ ਜਮ ਕਾਲ ਨਾ ਛੋੜੀ, ਧਰਮ ਰਾਜਾ ਨੂੰ ਪਿਸ਼ਾਬ ਦੇਣਾ ਪਵੇਗਾ। ਜੇ ਤੂੰ ਆਪਣਾ ਸਭ ਕੁਛ ਗੁਰੂ ਦੇ ਅਰਪਣ ਕਰ ਦਿੱਤਾ ਤਾਂ ਹੁਣ ਕੋਈ ਹਿਸਾਬ ਨਹੀਂ। ਜਿਨ ਨਾਨਕ ਲੇਖਾ ਸਮਝਿਆ
ਫਿਰ ਧਰਮ ਰਾਜ ਦਰ ਕਾਗਜ਼ ਉਫਾਰੇ, ਧਰਮ ਰਾਜ ਕਾਗਜ਼ ਉਫਾਰ ਦਿੰਦਾ ਜਿਨ੍ਹਾਂ ਨੂੰ ਪੂਰਨ ਸਤਿਗੁਰੂ ਦੀ ਬਖਸ਼ਿਸ਼ ਪ੍ਰਾਪਤ ਹੈ। ਬਿਨ ਸਤਿਗੁਰ ਜਮ ਕਾਲ ਨਾ ਛੋੜੀ, ਦੂਜੇ ਪਾਏ ਖੁਆਈ, ਜੋ ਬਣ ਜਾਂਦਾ ਨਦਰ ਨਾ ਆਵ। ਹਉਮੈ ਦੇ ਵਿੱਚ ਕਰਮ ਤਾਂ ਕਰ ਰਿਹਾ ਪਰ ਇਸ ਦਾ ਜੋਬਨ ਜਾ ਰਿਹਾ ਬਿਨਾਂ ਸਿਮਰਨ ਦੇ, ਬਿਨਾਂ ਸੇਵਾ ਦੇ, ਕਿਉਂਕਿ ਸਭ ਤੋਂ ਦਾਨਾ ਸਿਰ ਦਾਨ ਹੈ ਨਾਮ ਦਾਨ। ਰੋਜ਼ ਅਰਦਾਸ ਵਿੱਚ ਕਹਿੰਦੇ ਹਨ ਕਿ ਦਾਨਾ ਸਿਰ ਦਾਨ, ਤੇ ਜਿਹੜਾ ਮਨੁੱਖ ਸਤਿਗੁਰਾਂ ਦੀ ਬਖਸ਼ੀ ਹੋਈ ਆਯੂ ਨੂੰ, ਅਮੋਲਕ ਸਵਾਸਾਂ ਨੂੰ ਪਾ ਕੇ ਗੁਰੂ ਦੇ ਲੇਖੇ ਨਿਤਨੇਮ ਨਹੀਂ ਕਰਦਾ, ਗੁਰੂ ਦੇ ਲੇਖੇ ਸਮਾਂ ਨਹੀਂ ਕੱਢਦਾ, ਉਹਦੇ ਕੀਤੇ ਹੋਏ ਪੁੰਨ ਦਾਨ ਹੋਰ ਸਾਰੇ ਨਿਸ਼ਫਲ ਹੋ ਜਾਂਦੇ ਹਨ। ਇਸ ਲਈ ਭਾਈ ਜਿਸ ਵਾਹਿਗੁਰੂ ਨੇ ਸਾਨੂੰ ਸੰਸਾਰ ਵਿੱਚ ਅਮੋਲਕ ਸਵਾਸਾਂ ਦੀ ਪੂੰਜੀ ਦੇ ਕੇ ਤੋਰਿਆ ਉਹਦੇ ਗੁਣ ਗਾਉਣੇ ਹਨ। ਭਾਈ ਪਾਨਾ ਜੀ ਜੋ ਸਾਹਿਬ ਛੇਵੇਂ ਪਾਤਸ਼ਾਹ ਜੀ ਦੇ ਸਮੇਂ ਅਨਨ ਸੇਵਕ ਹਰ ਵੇਲੇ ਸੇਵਾ ਸਿਮਰਨ ਵਿੱਚ ਜੁੜੇ ਰਹਿਣਾ ਤੇ ਫਿਰ ਸਰਬੱਤ ਦਾ ਭਲਾ ਮੰਗਣਾ, ਮਨੁੱਖ ਉਹੀ ਹੈ ਜੋ ਕੌੜੇ ਬਚਨ ਬੋਲਣ ਵਾਲੇ ਦਾ ਵੀ ਭਲਾ ਸੋਚੇ, ਜਿਹੜਾ ਸਾਡੇ ਨਾਲ ਬੁਰਾ ਕਰ ਰਿਹਾ ਉਹਦੇ ਲਈ ਵੀ ਅਰਦਾਸ ਕਰਨੀ, ਹੇ ਵਾਹਿਗੁਰੂ ਇਸ ਨੂੰ ਸਮਤ ਬਖਸ਼, ਕਿਉਂਕਿ ਹਮ ਬਾਰਕ ਤੂੰ ਗੁਰ ਪਿਤਾ ਹੈ, ਦੇ ਮਤ ਸਮਝਾਏ, ਜਨ ਨਾਨਕ ਦਾਸ ਹਰ ਕਾਢਿਆ ਹਰ ਪੈਜ ਰਖਾਏ। ਜੇ ਕੋਈ ਜੀਵ ਕੌੜਾ ਬੋਲਦਾ ਤਾਂ ਭਗਤ ਜਨਾਂ ਦਾ ਮਨ ਈਸ਼ਵਰ ਦੇ ਚਰਨਾਂ ਵਿੱਚ ਜੁੜ ਜਾਂਦਾ, ਹੇ ਨਿਰੰਕਾਰ ਇਹਦਾ ਕੀ ਕਸੂਰ ਹੈ, ਜੋ ਪਾਵੇ ਬਾਂਡੇ ਵਿੱਚ ਵੱਸਾ ਨਿਕਲੇ ਕਿਆ ਕੋਈ ਕਰੇ ਵਿਚਾਰਾ, ਜੋ ਕੋਈ ਤੂੰ ਇਹਦੇ ਅੰਦਰ ਪਾਇਆ ਇਸਨੇ ਉਹੀ ਬੋਲਣਾ ਸੀ ਨਾ, ਤੇ ਕਿਰਪਾ ਕਰ ਇਹ ਵੀ ਤੇਰਾ ਸਿਮਰਨ ਕਰਕੇ ਤਰ ਜਾਵੇ। ਭਾਈ ਪਾਨਾ ਜੀ ਸਾਸ ਗ੍ਰਾਸ ਭਗਤੀ ਕਰਿਆ ਕਰਦੇ ਸਨ, ਅਲਾਹਾਬਾਦ ਦੇ ਨਿਵਾਸੀ ਸੀ ਔਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੁਖੀ ਸਿੱਖਾਂ ਵਿੱਚੋਂ ਸਨ। ਆਪ ਇਕਾਂਤ ਜਮਨਾ ਦੇ ਕਿਨਾਰੇ ਜਾ ਕੇ ਨਿਤਨੇਮ ਕਰਿਆ ਕਰਦੇ ਸਨ ਤੇ ਇੱਕ ਸਾਕਤ ਪੁਰਸ਼ ਕਹਿਣ ਲੱਗਾ, ਓਏ ਕਿਉਂ ਪਖੰਡ ਬਣਾਈ ਬੈਠੇ, ਕਿਉਂ ਰੱਬ ਨੂੰ ਹਰ ਵੇਲੇ ਬੇਆਰਾਮ ਕਰਦਾ ਰਹਿੰਦਾ, ਹਰ ਵੇਲੇ ਮੈਂ ਜਦੋਂ ਲੰਘਣਾ ਤੂੰ ਇੱਥੇ ਬੁੜਬੁੜ ਕਰ ਰਿਹਾ ਹੁੰਦਾ। ਭਾਈ ਪਾਨਾ ਜੀ ਤਾਂ ਗੁਰੂ ਕੀ ਬਾਣੀ ਪੜ੍ਹਦੇ ਹੁੰਦੇ ਸਨ, ਪਰ ਸਾਕਤ ਪੁਰਸ਼ ਲਈ ਇਹ ਬੁੜਬੁੜ ਹੈ, ਉਚਾਰਨ ਕਰੋ ਸ੍ਰੀ। ਇਸੇ ਲਈ ਕਿਹਾ ਨਾ, ਸਾਕਤ ਬੱਪੜਾ ਮਰ ਗਿਆ ਕੋਈ ਨਾ ਲੈ ਲੈ ਨਾ, ਜਿਨ੍ਹਾਂ ਨੇ ਅਕਾਲ ਪੁਰਖ ਦਾ ਨਾਮ ਨਹੀਂ ਲਿਆ ਉਹਨਾਂ ਦਾ ਨਾਮ ਕੌਣ ਲਏਗਾ, ਉਚਾਰਨ ਕਰੋ ਸ੍ਰੀ। ਉਹ ਕਿਤੇ ਆਰਾਮ ਵੀ ਕਰ ਦਿਆ ਕਰਨ ਦਿਆ ਕਰ ਰੱਬ ਨੂੰ। ਭਾਈ ਪਾਨਾ ਜੀ ਰੱਬ ਦੇ ਰੰਗ ਵਿੱਚ ਰੱਤੇ ਹੋਏ ਕਹਿਣ ਲੱਗੇ, ਉਹ ਪਿਆਰਿਆ ਉਹ ਗੁਰੂ ਕੇ ਲਾਲਾ, ਅਸੀਂ ਇਸ ਲਈ ਹਰ ਵੇਲੇ ਨਾਮ ਲੈਂਦੇ ਹਾਂ ਉਸ ਦਾ, ਉਸ ਅਕਾਲ ਪੁਰਖ ਵਾਹਿਗੁਰੂ ਦਾ, ਜਿਵੇਂ ਕੋਈ ਵਸਤੂ ਚੁਰਾ ਰਿਹਾ ਹੋਵੇ ਚੋਰ ਸਾਡੇ ਕੋਲੋਂ, ਤਾਂ ਅਸੀਂ ਸਿਪਾਹੀ ਨੂੰ, ਥਾਣੇਦਾਰ ਨੂੰ, ਜਾਂ ਰਾਜੇ ਨੂੰ, ਜਾਂ ਕਿਸੇ ਰਖਵਾਲੇ ਨੂੰ ਵਾਜ ਦਿੰਦੇ ਹਾਂ ਬਚਾਓ। ਆਖਿਆ ਜਿਹੜਾ ਹਰ ਵੇਲੇ ਪਰਮੇਸ਼ਰ ਦਾ ਨਾਮ ਲੈਂਦਾ ਨਾ, ਉਸ ਦੇ ਨੇੜੇ ਇਹ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਰੂਪੀ ਚੋਰ ਉਸਦੇ ਪੁੰਨਾਂ ਨੂੰ ਲੁੱਟ ਨਹੀਂ ਸਕਦੇ, ਇਸ ਲਈ ਅਸੀਂ ਹਰ ਵੇਲੇ ਜਪਦੇ ਹਾਂ।
ਇਸ ਲਈ ਨਾਮ ਲੈਂਦੇ ਹਨ, ਤੇ ਜਿਹੜੇ ਨਹੀਂ ਲੈਂਦੇ ਭਾਈ ਉਹ ਉਸਦੇ ਦੁਰਕਾਰੇ ਹੋਏ ਹਨ, ਫਿਟਕਾਰੇ ਹੋਏ ਹਨ। ਉਚਾਰਨ ਕਰੋ ਸ੍ਰੀ ਭਾਈ ਪਾਨਾ ਜੀ ਨੇ ਜਾ ਕੇ ਜੁੜਨਾ ਤੇ ਇਸ ਸਾਕਤ ਨੇ ਰੋਜ਼ ਇੱਥੋਂ ਲੰਘਣਾ ਤੇ ਬੁਰੇ ਭਲੇ ਲਫ਼ਜ ਕਹਿਣ। ਪਾਨਾ ਜੀ ਸ਼ਾਂਤ ਮੂਰਤ ਕਦੇ ਕੋਈ ਕੌੜਾ ਬਚਨ ਨਹੀਂ ਬੋਲਿਆ। ਆਖਿਆ ਭਾਈ ਪਿਆਰਿਆ ਤੂੰ ਹੀ ਸਿਮਰਨ ਕਰਿਆ ਕਰ, ਕਿਉਂਕਿ ਸੰਸਾਰ ਤੇ ਨਿਰੰਕਾਰ ਨੇ ਸਿਮਰਨ ਕਰਨ ਲਈ ਭੇਜਿਆ। ਜੇ ਮਨੁੱਖ ਸਿਮਰਨ ਨਹੀਂ ਕਰਦਾ ਤੇ ਹੋਰ ਇਸਦੇ ਜਿਤਨੇ ਕੰਮ ਹਨ ਉਹ ਹੋਰ ਜੁਨੀਆਂ ਵੀ ਕਰ ਰਹੀਆਂ ਹਨ। ਬੱਚੇ ਜਮਾ ਲੈਣੇ, ਰਹਿ ਲੈਣਾ, ਚੰਗਾ ਖਾ ਪੀ ਕੇ ਸੌਂ ਜਾਣਾ, ਇਹ ਤਾਂ ਹੋਰ ਜੁਨੀਆਂ ਵੀ ਕਰ ਰਹੀਆਂ ਹਨ। ਮਨੁੱਖ ਦੇ ਵਿੱਚ ਕਿਹੜਾ ਵਾਅਦਾ ਹੈ? ਇਹ ਵਾਅਦਾ ਹੈ ਕਿ ਉਹ ਜਪੇ ਸਤਨਾਮ। ਤੂੰ ਵੀ ਜਪਿਆ ਕਰ। ਭਾਈ ਪਾਨਾ ਜੀ ਦੇ ਬਚਨ ਸੁਣ ਕੇ ਕਹਿੰਦਾ ਕੋਈ ਰੱਬ ਨਹੀਂ ਹੈ, ਕੋਈ ਨਿਰੰਕਾਰ ਨਹੀਂ ਹੈ, ਐਵੇਂ ਫਜ਼ੂਲੀ ਲੋਕਾਂ ਨੇ ਆਪਣੇ ਖਾਵਣ ਦੇ ਢੰਗ ਬਣਾਏ ਹਨ, ਐਵੇਂ ਪਖੰਡ ਬਣਾਈ ਬੈਠਾ ਤੂੰ। ਤੇ ਗੁੱਸੇ ਵਿੱਚ ਆ ਕੇ ਭਾਈ ਪਾਨਾ ਜੀ ਨੂੰ ਚਪੇੜ ਕੱਢ ਮਾਰੀ। ਕਹਿੰਦਾ ਮੈਂ ਵੇਖਣਾ ਤੇਰਾ ਰੱਬ ਕੀ ਵਿਗਾੜਦਾ ਮੇਰਾ। ਉਚਾਰਨ ਕਰੋ ਸ੍ਰੀ ਭਾਈ ਪਾਨਾ ਜੀ ਸ਼ਾਂਤ ਮੂਰਤ ਮਨ ਵਿੱਚ ਗੁੱਸਾ ਨਹੀਂ ਕੀਤਾ। ਇਹ ਨਿਰੰਕਾਰ ਇਹਦੇ ਵਿੱਚ ਅਕਲ ਹੀ ਇਤਨੀ ਹੈ, ਇਹ ਕੀ ਕਰੇ? ਕੋਈ ਵਾਰ ਸ਼ਰਾਪ ਨਹੀਂ ਦਿੱਤਾ, ਪਰ ਕਈ ਵੇਰਾਂ ਮਹਾਂਪੁਰਖ ਗੁਰਮੁਖ ਜਨ ਤਾਂ ਕਦੇ ਕੌੜਾ ਨਹੀਂ ਬੋਲਦੇ, ਕੋਈ ਵਾਰ ਸ਼ਰਾਪ ਨਹੀਂ ਦਿੰਦੇ, ਪਰ ਰੱਬ ਵੱਲੋਂ ਉਹ ਆਤਮਾ ਫਿਟਕਾਰੀਆਂ ਜਾਂਦੀਆਂ ਨੇ ਜਿਹੜੇ ਨਾਮ ਜਪਣ ਵਾਲਿਆਂ ਨੂੰ ਤੰਗ ਕਰਦੇ ਹਨ। ਉਚਾਰਨ ਕਰੋ ਸ੍ਰੀ ਭਾਈ ਪਾਨਾ ਜੀ ਤਾਂ ਘਰ ਆ ਗਏ, ਸਿਮਰਨ ਵਿੱਚ ਜੁੜੇ ਰਹਿੰਦੇ ਸੀ ਹਰ ਵੇਲੇ, ਆਪਣੇ ਕਾਰ ਵਿਹਾਰ ਵਿੱਚ ਵੀ ਬਹਿੰਦਿਆਂ ਉੱਠਦਿਆਂ ਹਰ ਨਾਮ ਦਿਆ ਵੈ। ਉਹਨਾਂ ਦੀ ਆਤਮਾ ਤਾਂ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਵਸ ਰਹੀ ਸੀ, ਹਰਿਮੰਦਰ ਸਾਹਿਬ ਵਿੱਚ ਆਤਮਾ ਵਸ ਰਹੀ ਸੀ, ਸਰੀਰ ਭਾਵੇਂ ਦੂਰ ਬੈਠਾ ਹੋ। ਅੱਜ ਮੁੱਦਤ ਦੇ ਬਾਅਦ ਜਦੋਂ ਫਿਰ ਗਏ ਜਮੁਨਾ ਦੇ ਕਿਨਾਰੇ ਤਾਂ ਕੀ ਤੱਕਿਆ, ਉਹੀ ਮਨੁੱਖ, ਉਹੀ ਸ਼ਾਕਤ ਪੁਰਸ਼, ਸਰੀਰ ਦੇ ਕੱਪੜੇ ਫਟੇ ਹਨ ਤੇ ਸਾਰਾ ਸਰੀਰ ਵੀ ਨਾਲ ਫਟ ਗਿਆ, ਕੋੜ ਦਾ ਰੋਗ ਹੋ ਗਿਆ ਇਸ ਨੂੰ। ਤੇ ਘਰ ਵਾਲਿਆਂ ਨੇ ਧੱਕੇ ਮਾਰ ਮਾਰ ਕੇ ਕੱਢ ਦਿੱਤਾ, ਬਈ ਤੂੰ ਨਿੰਦਕ ਹੈ, ਨਾ ਤਾਂ ਕਦੀ ਤੂੰ ਈਸ਼ਵਰ ਦਾ ਨਾਂ ਲਿਆ, ਨਾ ਕਦੇ ਤੂੰ ਸਤਸੰਗ ਵਿੱਚ ਗਿਆ, ਤੇਰਾ ਇਹੀ ਹਾਲ ਹੋਣਾ ਚਾਹੀਦਾ ਸੀ, ਨਿਕਲ ਜਾ ਸਾਡੇ ਘਰ ਤੋਂ ਬਾਹਰ ਤੇ ਜਿਉਂਦਾ ਵਾਪਸ ਨਾ ਆਈ। ਭਾਈ ਪਾਨਾ ਜੀ ਜਦੋਂ ਇਸ ਦੀ ਹਾਲਤ ਵੇਖੀ, ਥਾਂ ਥਾਂ ਤੇ ਪੀਕ ਵਹਿ ਰਹੀ ਹੈ, ਸਰੀਰ ਫਟ ਰਿਹਾ, ਰੋਮ ਰੋਮ ਦੁਖੀ ਹੈ, ਤੇ ਭਾਈ ਪਾਨਾ ਜੀ ਨੂੰ ਵੇਖ ਕੇ ਫਿਰ ਜਾਰ ਜਾਰ ਰੋਣ ਲੱਗ ਪਿਆ। ਉਹ ਰੱਬ ਦੇ ਪਿਆਰਿਆ, ਮੈਂ ਤੈਨੂੰ ਬੁਰੇ ਭਲੇ ਲਫ਼ਜ਼ ਕਹਿੰਦਾ ਹੁੰਦਾ ਸੀ, ਮੈਂ ਤੈਨੂੰ ਇਹਨਾਂ ਹੱਥਾਂ ਨਾਲ ਚਪੇੜ ਮਾਰੀ, ਮੈਂ ਬੜੀ ਅਵਗਿਆ ਕਰਦਾ ਰਿਹਾ, ਜੀਵਨ ਦੇ ਵਿੱਚ ਕੋਈ ਚੰਗਾ ਕਰਮ ਨਹੀਂ ਕੀਤਾ, ਮੇਰੇ ਤੇ ਕਿਰਪਾ ਕਰ, ਮਿਹਰ ਕਰ। ਭਾਈ ਪਾਨਾ ਜੀ ਨੂੰ ਦਇਆ ਆ ਗਈ। ਇਹ ਹੈ ਨਾ ਬੀਜ ਬੋਣਾ ਹੈ ਤਾਂ ਭਾਈ ਕਿਸੇ ਲੋੜਵੰਦ ਨੂੰ ਦੇ। ਬੀਜ ਜੋ ਬੋਇਆ ਚੰਗੀ ਧਰਤੀ ਤੇ ਬੀਜ ਬੋ, ਜਿਹੜਾ ਬਾਰਾਂ ਮਾਸ ਫਲੰ ਬਾਰਾਂ ਮਹੀਨੇ ਫਲੀ ਭੂਤ ਹੁੰਦਾ ਰਵੇ। ਕਬੀਰ ਐਸਾ ਬੀਜ ਬੋ ਜੋ ਬਾਰਾਂ ਮਾਸ ਫਲੰਤ। ਭਾਈ ਪਾਨਾ ਜੀ ਜੋ ਦਇਆਵਾਨ ਸੰਭਰੇ,
ਕਿਸ ਕੋੜੀ ਨੂੰ ਚੁੱਕ ਕੇ ਘਰ ਲੈ ਆਂਦਾ। ਰੋਜ ਮਲਮ ਪੱਟੀ ਕਰਦੇ ਹਨ, ਇਸ ਦੀ ਸੇਵਾ ਕਰਦੇ ਹਨ ਤੇ ਨਾਲੇ ਗੁਰੂ ਦੀ ਬਾਣੀ ਸੁਣਾ ਰਹੇ ਹਨ। ਗੁਰੂ ਕੀ ਬਾਣੀ ਜਿੱਥੋਂ ਤੱਕ ਪਹੁੰਚ ਜਾਂਦੀ ਹੈ ਇਹ ਮਨ ਦੇ ਰੋਗ ਵੀ ਕੱਢ ਦਿੰਦੀ ਹੈ, ਤਨ ਦੇ ਰੋਗ ਵੀ ਕੱਢ ਦਿੰਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਹਨ ਭਾਈ ਹੰਕਾਰ ਨਾਲ ਨਹੀਂ, ਜੇ ਤੂੰ ਮਨ ਕਰਕੇ ਪੁੰਨ ਦਾਨ ਦਾ ਸਰੀਰ ਕਰ ਰਹੇ ਹੈ ਨਾ, ਪੁੰਨ ਦਾਨ ਕਾ ਕਰੇ ਸਰੀਰ ਸੋ ਗਿਰਹੀ ਗੰਗਾ ਕਾ ਨੀਰ। ਹਜ਼ੂਰ ਬਾਣੀ ਵਿੱਚ ਕਹਿ ਰਹੇ ਹਨ ਕਿ ਉਹ ਗ੍ਰਸਤੀ ਗੰਗਾ ਦੇ ਨੀਰ ਵਾਂਗੂ ਪਵਿੱਤਰ ਹੋ ਜਾਂਦਾ ਜਿਸ ਨੇ ਆਪਣੇ ਸ਼ਵਾਸਾਂ ਨੂੰ ਗੁਰੂ ਦੇ ਅਰਪਣ ਕੀਤਾ, ਚੰਗੇ ਪਾਸੇ ਲਾਏ ਔਰ ਆਪਣੀ ਕਮਾਈ ਵਿੱਚੋਂ ਵੀ ਚੰਗੇ ਪਾਸੇ ਪੁੰਨ ਦਾਨ ਕਰਦਾ ਤਾਂ ਉਹ ਗੰਗਾ ਦੇ ਨੀਰ ਵਾਂਗੂ ਪਵਿੱਤਰ ਰਹਿੰਦਾ। ਉਸ ਵਿੱਚ ਗੰਦਲਾਪਨ ਨਹੀਂ ਪੈਂਦਾ, ਉਹ ਪਾਣੀ ਮੈਲਾ ਨਹੀਂ ਹੁੰਦਾ। ਜਿਨ੍ਹਾਂ ਨੇ ਆਪਣਾ ਅੰਤਕਰਨ ਗੁਰੂ ਦੇ ਚਰਨਾਂ ਵਿੱਚ ਜੋੜ ਕੇ ਜਪ ਕੇ ਸਫਲ ਕਰ ਲਿਆ, ਇਸ ਲਈ ਪੁੰਨ ਦਾਨ ਜੋ ਪੁੰਨ ਦਾਨ ਜੋ ਬੀਜ ਦੇ ਸਭ ਧਰਮ ਰਾਏ ਕੇ ਜਾਈ, ਪੁੰਨ ਦਾਨ ਜੋ ਬੀਜ ਦੇ ਸਭ ਧਰਮ ਰਾਏ ਕੇ ਜਾਈ, ਸਭ ਧਰਮ ਰਾਏ ਸਤਿਗੁਰ ਸੇਵੇ ਸੋ ਸੁਖ ਪਾਏ, ਨਾਮ ਵਸੈ ਮੰਨਾਈ, ਪੁੰਨ ਦਾਨ ਜੋ ਬੀਜ ਦੇ ਸਭ ਧਰਮ ਰਾਏ ਕੇ ਜਾਈ, ਪੁੰਨ ਦਾਨ ਜੋ ਬੀਜ ਦੇ ਸਭ ਧਰਮ ਰਾਏ ਕੇ। ਸਤਿਗੁਰ ਸੇਵੇ ਸੋ ਸੁਖ ਪਾਏ, ਨਾਮ ਵਸੈ ਮੰਨਾਈ, ਨਾਨਕ ਸੇ ਵੱਡੇ ਵੱਡ ਭਾਗੀ ਜੇ ਗੁਰਮੁਖ ਨਾਮ ਸਮਾਈ, ਪੁੰਨ ਦਾਨ ਜੋ ਬੀਜ ਦੇ ਸਭ ਧਰਮ ਲਾਏ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਸੁਣਾਈ ਜਿੱਥੇ ਇਹਦੇ ਤਨ ਦਾ ਕੋੜ ਕੱਟਿਆ ਗਿਆ, ਮਨ ਦਾ ਵੀ ਕੋੜ ਕੱਟਿਆ ਗਿਆ। ਭਾਈ ਬਾਣੇ ਦੇ ਚਰਨ ਪਕੜ ਦੇ, ਮੇਰੇ ਲਈ ਤਾਂ ਤੂੰ ਰੱਬ ਬਣ ਕੇ ਆਏ, ਜਿਸ ਨੇ ਮੇਰਾ ਪਰਲੋਕ ਵੀ ਤੇ ਲੋਕ ਵੀ ਸਵਾਰ ਦਿੱਤਾ। ਮੇਰਾ ਕਿਆ ਜੀਵਨ ਸੀ ਜੇ ਤੂੰ ਨਾ ਮਿਲਦਾ, ਪਤਾ ਨਹੀਂ ਕੀ ਹਾਲ ਹੁੰਦਾ। ਹੁਣ ਕਿਰਪਾ ਕਰ, ਜਿਸ ਗੁਰੂ ਨੇ ਤੇਰੀਆਂ ਚੋਲੀਆਂ ਭਰੀਆਂ ਹਨ, ਉਸ ਗੁਰੂ ਦੇ ਮੈਨੂੰ ਵੀ ਦੀਦਾਰ ਕਰਾ ਦੇ। ਮੇਰੀਆਂ ਅੱਖਾਂ ਤਰਸ ਗਈਆਂ ਹਨ, ਮੇਰਾ ਵੀ ਜੀਵਨ ਸਫਲ ਕਰ ਦੇ। ਭਾਈ ਪਾਨੇ ਨੇ ਜਦੋਂ ਇਸ ਸਾਕਤ ਪੁਰਸ਼ ਦਾ ਪਿਆਰ ਵੇਖਿਆ, ਸਮਝ ਗਏ ਕਿ ਇਸ ਦੀ ਸੁੱਤੀ ਹੋਈ ਸੁਰਤ ਜਾਗ ਉੱਠੀ ਹੈ, ਇਸ ਨੇ ਸੱਚ ਨੂੰ ਪਛਾਣ ਲਿਆ। ਤਾਂ ਅਲਾਹਾਬਾਦ ਤੋਂ ਫਿਰ ਸ੍ਰੀ ਹਰਿਮੰਦਰ ਸਾਹਿਬ ਵਿਖੇ, ਅਕਾਲ ਤਖਤ ਸਾਹਿਬ ਵਿਖੇ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਬਿਰਾਜਮਾਨ ਹਨ। ਸੰਗਤਾਂ ਜੁੜੀਆਂ ਹੋਈਆਂ ਹਨ। ਭਾਈ ਪਾਨਾ ਅਤੇ ਇਹ ਪੁਰਸ਼ ਆ ਕੇ ਜਦੋਂ ਚਰਨਾਂ ਤੇ ਨਮਸਕਾਰ ਕੀਤੀ, ਨੈਣਾ ਦੇ ਜਲ ਨਾਲ ਹਜ਼ੂਰ ਦੇ ਚਰਨ ਧੋ ਦਿੱਤੇ। ਜਿਉਂ ਜਿਉਂ ਚਰਨਾਂ ਨੂੰ ਲਿਪਟਦਾ, ਅੰਦਰ ਦਾ ਸ਼ੀਸ਼ਾ ਸਾਫ਼ ਹੋ ਰਿਹਾ। ਹਜ਼ੂਰ ਨੇ ਬਖਸ਼ਿਸ਼ ਦੇ ਘਰ ਵਿੱਚ ਆ ਕੇ ਆਖਿਆ, ਜਾਓ ਬਈ ਤੁਸੀਂ ਨਿਹਾਲ 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 ਹੋਏ ਹੋ। ਤਾਂ ਇਸ ਨੂੰ ਲੰਗਰ ਦੀ ਸੇਵਾ ਦੇ ਦਿੱਤੀ, ਔਰ ਸਾਰਾ ਜੀਵਨ ਇਹ ਪੁਰਖ ਲੰਗਰ ਦੀ ਸੇਵਾ ਕਰਦਿਆਂ, ਗੁਰੂ ਕੀ ਖੁਸ਼ੀਆਂ ਮਾਣਦਿਆਂ ਆਪਣਾ ਲੋਕ ਪਰਲੋਕ ਸਵਾਰ ਗਿਆ। ਤੋ ਹਜ਼ੂਰ ਬਾਣੀ ਵਿੱਚ ਬਖਸ਼ਿਸ਼ ਕਰ ਰਹੇ ਹਨ, ਭਾਈ ਪੁੰਨ ਦਾਨ ਜੋ ਬੀਜਦੇ, ਜਿਹੜੇ ਹੰਕਾਰ ਕਰਕੇ ਬੀਜਦੇ ਹਨ ਉਹ ਤਾਂ ਧਰਮ ਰਾਜ ਕੋਲ ਜਾਣਗੇ, ਤੇ ਜਿਹੜੇ ਤਨ ਮਨ ਧਨ ਗੁਰੂ ਕਾ ਸਮਝ ਕੇ ਬੀਜ ਬੋ ਰਹੇ ਹਨ, ਉਹ ਫਿਰ ਗੁਰੂ ਕਦੇ ਉਹਨਾਂ ਨੂੰ ਧਰਮ ਰਾਜ ਦੇ ਵਸ ਨਹੀਂ ਪਾਵੇਗਾ, ਉਹ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਲੀਨ ਹੋ ਜਾਣਗੇ। ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਜਾਏ, ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਭਜਨ ਬਿਨ ਤਿਲ ਨਹੀਂ ਮਾਨੇ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ, ਸਭ ਧਰਮ ਰਾਏ
ਸੁਹਾਗੀ, ਗੁਰਮੁਖਾਂ ਦੇ ਦਰਸ਼ਨ ਹੋ ਗਏ, ਤਨ ਤੇ ਮਨ ਦਾ ਕੋਹੜ ਕੱਟਿਆ ਜਾਂ ਦਰਸ਼ਨ ਸਾਧ ਮਿਲਿਓ ਵਡਭਾਗੀ, ਸਭ ਕਿਲ ਬਿਖ ਗਏ ਗਵਾ ਜਾ, ਸਤਿਗੁਰ ਸਾਹੋ ਪਾਇਆ ਵਡਦਾਨ, ਮਹਾਂਪੁਰਖਾਂ ਨੇ ਜੋੜ ਦਿੱਤਾ ਸੱਚ ਦੇ ਨਾਲ, ਤੇ ਫਿਰ ਲੋਕ ਪਰਲੋਕ ਸੌਰ ਗਿਆ। ਪੁੰਨ ਦਾਨ ਪੁੰਨ ਦਾਨ ਜੋ ਬੀਜ ਦੇ ਸਭ ਧਰਮ ਰਾਏ ਕੇ ਜਾਏ, ਪੁੰਨ ਦਾਨ ਜੋ ਬੀਜ ਦੇ ਸਭ ਧਰਮ ਰਾਏ ਧਰਮ ਰਾਏ ਕੇ ਜਾਈ। ਸ਼ੁਕਰਾਨਾ ਗੁਰੂ ਜੀ ਤੇਰਾ ਸ਼ੁਕਰਾਨਾ, 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 ਸ਼ੁਕਰਾਨਾ ਸ਼ੁਕਰਾਨਾ।
ਸ਼ੁਕਰਾਨਾ ਗੁਰੂ ਜੀ ਤੇਰਾ ਸ਼ੁਕਰਾਨਾ ਹਰ ਪਲ ਸ਼ੁਕਰਾਨਾ ਗੁਰੂ ਜੀ ਤੇਰਾ ਸ਼ੁਕਰਾਨਾ ਹਰ ਸ਼ਣ ਕਰੂੰ ਮੈਂ ਤੇਰਾ ਸ਼ੁਕਰਾਨਾ ਸ਼ੁਕਰਾਨਾ ਗੁਰੂ ਜੀ ਤੇਰਾ ਸ਼ੁਕਰਾਨਾ ਸ਼ੁਕਰਾਨਾ ਗੁਰੂ ਜੀ ਤੇਰਾ ਪਾਰ ਲਗਾਇਆ ਗੁਰੂ ਜੀ ਸ਼ੁਕਰੀਆ ਲੰਗਰ ਦਾਨ ਦਇਆ ਕਾ ਲੁਟਾਇਆ ਗੁਰੂ ਜੀ ਸ਼ੁਕਰੀਆ ਮੰਗਤੋਂ ਕੋ ਖੁਸ਼ਹਾਲ ਬਣਾਇਆ ਗੁਰੂ ਜੀ ਸ਼ੁਕਰੀਆ ਸ਼ੁਕਰਾਨਾ ਗੁਰੂ ਜੀ ਤੇਰਾ ਸ਼ੁਕਰਾਨਾ ਹਰ ਬਜਦੀ ਹੈ
से गुरु जी दुल्हन धोनी चढ़ती है। शुक्राना गुरु जी तेरा शुक्राना, शत शत करूं मैं तेरा शुक्राना। शुक्रिया शुक्राना करूं मैं तेरा शुक्राना, दिल से करूं मैं तेरा शुक्राना। शुक्राना गुरु जी तेरा दिया, ये साया तूने गुरु जी शुक्रिया। गृह प्रवेश कराया तूने गुरु जी शुक्रिया। घर ये स्वर्ग बनाया तूने गुरु जी शुक्रिया। शुक्राना करूं मैं तेरा शुक्राना, दिल से शुक्राना शुक्राना गुरु जी तेरा।
जय गुरु जी की। अब हम मंत्र जाप करेंगे।
शिव जी सदा ਕਾਰੀ
ਜੀਵਨ।